ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਅੱਜ ਮੰਡੀਆਂ ਤੋਂ ਰੱਖਦੇ ਆ ਅੱਜ ਨਾਲਾ ਵਿਧਾਨ ਸਭਾ ਹਲਕੇ ਦੀਆਂ ਮੰਡੀਆਂ ਖਤਰਾਏ ਕਲਾਂ ਆਪਣਾ ਚੱਕ ਸਕੰਦਰ ਸਰਦਾਰ ਅਵਾਨ ਗੰਗੋਮਾਲ ਚਮਿਆਰੀ ਅੱਜ ਨਾਲੇ ਵਾਲੀ ਮੰਡੀ ਅੱਗੇ ਇੱਕ ਦਿਨ ਚੈੱਕ ਕੀਤੀ ਸੀਗੀ ਮੰਡੀਆਂ 'ਚ ਇਸ ਕਰਕੇ ਆਏ ਹਾਂ ਕਿ ਪਤਾ ਕਰੀਏ ਕਿ ਸਾਡੇ ਕਿਸਾਨਾਂ ਨੂੰ ਆੜ੍ਹਤੀਆਂ ਨੂੰ ਮਜ਼ਦੂਰਾਂ ਨੂੰ ਕੋਈ ਸਮੱਸਿਆ ਤਾਂ ਨਹੀਂ ਗੀ ਲਿਫਟਿੰਗ ਦੀ ਕੋਈ ਸਮੱਸਿਆ ਤਾਂ ਨਹੀਂ ਲਿਫਟਿੰਗ ਦੀ ਥੋੜ੍ਹੀ ਇੱਥੇ ਇਹਨਾਂ ਨੇ ਦੱਸਿਆ ਕਿ ਆਦੋ ਨਹੀਂ ਆਇਆ ਉਹ ਅੱਜ ਮੈਂ ਚੰਡੀਗੜ੍ਹ ਕਰਦਾ ਗੱਲ ਉਹ ਆਦੋ ਆ ਜਾਂਦਾ ਅਤੇ ਲਿਫਟਿੰਗ ਇੱਥੇ ਮਤਲਬ ਹੋ ਜੂਗੀ ਇਹ ਮੰਡੀ 'ਚ ਪਲਮਣ ਜਿਹੜੀ ਜ਼ਿਆਦਾ ਆਉਂਦੀ ਹੈ ਬਾਸਮਤੀ ਇੱਥੇ 20% 80% ਪਲਮਣ ਹੁੰਦੀ ਹੈ ਸੋ ਸਰਕਾਰੀ ਖਰੀਦ ਜਿਹੜੀ ਵਧੀਆ ਹੋ ਰਹੀ ਹੈ ਲਿਫਟਿੰਗ ਦੀ ਥੋੜ੍ਹੀ ਪ੍ਰੋਬਲਮ ਹੈ ਉਹ ਅਸੀਂ ਅੱਜ ਹੱਲ ਕਰ ਦਿੰਦੇ ਹਾਂ ਵਧੀਆ ਬਾਕੀ ਕੋਈ ਪ੍ਰੋਬਲਮ ਨਹੀਂ ਮਿਲਿਆ ਭਾਰਤੀਆਂ ਨੂੰ ਸਾਰੇ ਕਿਸਾਨਾਂ ਨੂੰ ਮਿਲਿਆ ਕੋਈ ਵੀ ਮੰਡੀ ਦੇ ਵਿੱਚ ਪ੍ਰੋਬਲਮ ਆਊਗੀ ਤਾਂ ਉਹਦਾ ਹੱਲ ਜਿਹੜਾ ਸਰਕਾਰ ਪਹਿਲ ਦੇ ਤੌਰ ਤੇ ਜਿਵੇਂ ਦੇਖਿਆ ਪਹਿਲੋਂ ਮੰਡੀਆਂ ਕੱਚੀਆਂ ਹੁੰਦੀਆਂ ਤੁਸੀਂ ਸ਼ੈੱਡ ਬਣਾਏ ਪਹਿਲੇ ਸਾਨੂੰ ਕਿਵੇਂ ਦੇ ਅਗਾਂ ਨਾ ਸ਼ੈੱਡ ਵੇਖੋ ਇੱਥੇ ਮੰਡੀ 'ਚ ਆਪਾਂ ਦੋ ਬਣਾਏ ਤੁਹਾਡੇ ਸਾਹਮਣੇ ਉਹਨੇ ਆੜ੍ਹਤੀ ਭਰਾ ਮੰਗ ਕਰਨ ਡੇ ਸੀ ਕਿ ਦੋ ਸ਼ੈੱਡ ਹੋਰ ਬਣਾ ਕੇ ਦਿਓ ਅਗਲੇ ਸਾਲ ਦੋ ਸ਼ੈੱਡਾਂ ਦਾ ਹੋਰ ਐਸਟੀਮੇਟ ਭੇਜਾਂਗੇ ਦੋ ਸ਼ੈੱਡ ਜਿਹੜੇ ਆ ਹੋਰ ਆਪਾਂ ਇਸ ਮੰਡੀ ਦੇ ਵਿੱਚ ਬਣਾਵਾਂਗੇ ਕਿਉਂਕਿ ਮੰਡੀ ਬੜੀ ਵੱਡੀ ਹੈ ਇਹ ਮੰਡੀ ਵੱਡੀ ਹੋਣ ਕਰਕੇ ਇੱਥੇ ਮਾਲ ਬਹੁਤ ਆਉਂਦਾ ਕਿਸਾਨਾਂ ਨੂੰ ਸਹੂਲਤ ਹੋ ਜਾਂਦੀ ਸ਼ੈੱਡ ਵੀ ਬਣਾਵਾਂਗੇ ਇੱਕ ਸਾਡੇ ਬਾਥਰੂਮਾਂ ਦੇ ਐਸਟੀਮੇਟ ਗਏ ਆ ਉਹ ਵੀ ਆਉਣ ਵਾਲੇ ਬਾਥਰੂਮ ਬਣਾਵਾਂਗੇ ਸੋ ਛੱਡਾਂ ਦੀ ਜਿਹੜੀ ਬਹੁਤ ਫਾਇਦਾ ਉੱਧਰ ਹੋਇਆ ਦੋਵਾਂ ਦਾ ਦੋ ਸ਼ੈੱਡ ਹੋਰ ਬਣਾ ਦਾਂਗੇ ਇਹਦੀ ਚਾਰ ਦੀਵਾਰੀ ਵੀ ਕਰਦੀ ਆ ਇਸ ਮੰਡੀ ਦੀ ਬਣਾਵਾਂਗੇ ਜੀ ਬਣਾਵਾਂਗੇ ਦੁਕਾਨਾਂ ਵੀ ਚਾਰ ਦੀਵਾਰੀ ਵੀ ਕਰਦੀ ਆ ਮੰਡੀ ਨੂੰ ਬਹੁਤ ਵਧੀਆ ਬਣਾਉਣਾ ਉਹਦਾ ਹੋ ਸਕਦਾ ਮਹਾਰਾਜ ਕਿਰਪਾ ਕਰੂ ਮਾਨ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਅਰਦਾਸ ਜਿਹੜਾ ਮਾਰਕੀਟ ਕਮੇਟੀ ਸਾਡੀ ਬਣਾ ਦਿਓ ਜੇ ਮਾਰਕੀਟ ਕਮੇਟੀ ਬਣਾ ਦਿੱਤਾ ਤਾਂ ਉਹਦਾ ਦਫ਼ਤਰ ਵੀ ਇੱਥੇ ਬਣਾਵਾਂਗੇ ਆਪਾਂ ਇਹ ਮੰਡੀ ਤਾਂ ਬਹੁਤ ਵਧੀਆ ਬਣਾਵਾਂਗੇ ਕਿਸਾਨਾਂ ਨੂੰ ਕੀ ਅਪੀਲ ਕਰਨੀ ਕਿਸਾਨਾਂ ਨੂੰ ਅਪੀਲ ਆ ਕਿ ਆਪਣਾ ਟਾਈਮ ਨਾ ਝੋਨਾ ਲਿਆਓ ਵੇਚੋ ਤੇ ਟਾਈਮ ਨਾਲ ਘਰ ਨੂੰ ਜਾਓ ਪੈਸੇ ਮਿਲਦੇ ਸਭ ਠੀਕ ਹੈ ਜੀ।